ਪੰਜਾਬ ਵਿੱਚ ਡੇਂਗੂ ਦਾ ਪ੍ਰਕੋਪ ਲਗਾਤਾਰ ਹੀ ਵੱਧ ਰਿਹਾ ਹੈ। ਬਾਈਟ ਕੱਲ ਤੱਕ ਪੰਜਾਬ ਵਿੱਚ 1028 ਕੇਸ ਆ ਚੁੱਕੇ ਹਨ ਅਤੇ ਅੰਮ੍ਰਿਤਸਰ ਲੁਧਿਆਣਾ ਹੁਸ਼ਿਆਰਪੁਰ ਵਿੱਚ ਕੇਸ ਵੱਧ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਡੇਂਗੂ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬਟਾਲਾ 'ਚ ਸਰ ਡੇਂਗੂ ਨੂੰ ਨਜਿੱਠਣ ਲਈ ਅਸੀਂ ਸਾਰੇ ਮੁਕੰਮਲ ਪ੍ਰਬੰਧ ਸਾਰੇ ਮੁਕੰਮਲ ਹੋ ਚੁੱਕੇ ਨੇ, ਵਾਰਡਾਂ ਤਿਆਰ ਹੋ ਚੁੱਕੀਆਂ ਹਨ, ਉਹਦੇ 'ਚ ਨੈੱਟ ਲਗਾਏ ਜਾ ਚੁੱਕੇ ਹਨ। ਸਟਾਫ ਨੂੰ ਇਹ ਹਦਾਇਤ ਦੇ ਚੁੱਕੀ ਹੈ ਕਿ ਜਿਹੜੇ ਵੀ ਕੇਸਿਸ ਐਡਮਿਟ ਹੋਣ ਉਹਨਾਂ ਦੀ ਪੂਰੀ ਤਰ੍ਹਾਂ ਜਿਹੜਾ ਇਲਾਜ 'ਚ ਕੋਈ ਕਮੀ ਨਾ ਆਏ ਅਤੇ ਦਵਾਈਆਂ ਦੇ ਵੀ ਸਾਡੇ ਕੋਲ ਪੂਰੇ ਪ੍ਰਬੰਧ ਹਨ। ਸਿਵਲ ਹਸਪਤਾਲ ਬਟਾਲਾ ਡੇਂਗੂ ਦੇ ਕੇਸਿਸ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰ ਡੇਂਗੂ ਦੇ ਆਮ ਲੱਛਣ ਜਿਹੜੇ ਹਨ ਉਹ ਬਹੁਤ ਤੇਜ਼ ਬੁਖਾਰ, ਮਾਸਪੇਸ਼ੀਆਂ 'ਚ ਅਸਹਾਏ ਦਰਦ, ਅੱਖਾਂ ਪਿੱਛੇ ਖਾਸ ਕਰਕੇ ਦਰਦ, ਬਹੁਤ ਜ਼ਿਆਦਾ ਸਿਰ ਦਰਦ ਅਤੇ ਉਲਟੀਆਂ ਹੋ ਸਕਦੀਆਂ, ਟੱਟੀਆਂ ਨਾਲ ਬੰਦ ਪੇਸ਼ੈਂਟ ਪ੍ਰਜੈਂਟ ਕਰ ਸਕਦਾ ਹੈ। ਕਈ ਵਾਰੀ ਜਿਹੜਾ ਹੈਗਾ ਇਹ ਜ਼ਿਆਦਾ ਸੈੱਲਾਂ ਦੀ ਕਮੀ ਹੋਣ 'ਤੇ ਵੀ ਜਿਹੜਾ ਹੈ ਰੈਸ਼ਿਸ਼ ਵਗੈਰਾ ਸਰੀਰ 'ਤੇ ਆ ਸਕਦੇ ਹਨ। ਬੱਚਾ ਕਿਵੇਂ ਜਾ ਸਕਦਾ ਡੇਂਗੂ ਤੋਂ ਬਚਾਅ ਲਈ? ਅਸੀਂ ਜਨਤਾ ਨੂੰ ਇਹੀ ਸਲਾਹ ਦਿੰਦੇ ਹਾਂ ਕਿ ਸਵੇਰੇ ਅਤੇ ਸ਼ਾਮ ਨੂੰ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ, ਸੈਰ ਕਰਨ ਲਈ ਜਾਂਦੇ ਹੋ, ਘਰੋਂ ਬਾਹਰ ਨਿਕਲਦੇ ਹੋ, ਤਾਂ ਆਪਣੇ ਸਰੀਰ ਪੂਰੀ ਤਰ੍ਹਾਂ ਤੁਹਾਡਾ ਕੱਪੜਿਆਂ ਨਾਲ ਢੱਕਿਆ ਹੋਣਾ ਚਾਹੀਦਾ ਹੈ। ਖਾਸ ਕਰਕੇ ਬਾਹਾਂ ਅਤੇ ਲੱਤਾਂ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਢੱਕਿਆ ਹੋਣਾ ਚਾਹੀਦਾ ਹੈ। ਦੂਸਰਾ, ਮੇਰੀ ਆਮ ਜਨਤਾ ਨੂੰ ਇਹ ਸਲਾਹ ਹੈ ਜਿੱਥੇ ਵੀ ਤੁਸੀਂ ਦੇਖਦੇ ਹੋ, ਕਿਉਂਕਿ ਇਹ ਮੱਛਰ ਜਿਹੜਾ ਹੈਗਾ ਸਾਫ਼ ਪਾਣੀ 'ਚ ਪਨਪਦਾ ਹੈਗਾ, ਉੱਥੇ ਲਾਰਵਾ ਦਾ ਪੈਦਾ ਹੁੰਦਾ ਹੈ। ਜਿੱਥੇ ਪਾਣੀ ਖੜ੍ਹਾ ਤੁਸੀਂ ਦੇਖਦੇ ਹੋ, ਖਾਸ ਕਰਕੇ ਫਰਿੱਜਾਂ ਦੇ ਪਿਛਲੇ ਟਰੇ 'ਚ ਜਾਂ ਉਹ ਟਾਇਰਾਂ 'ਚ, ਕੋਕੋਨਟ ਸ਼ੈਲਸ 'ਚ ਜਿੱਥੇ ਵੀ ਪਏ ਹੁੰਦੇ, ਜਿਹ 'ਚ ਪਾਣੀ ਖੜ੍ਹਾ ਹੁੰਦਾ, ਉੱਥੇ ਇਹ ਪਾਣੀ ਨੂੰ ਡਰੇਨ ਕੀਤਾ ਜਾਏ। ਨਲਕਿਆਂ ਦੇ ਆਲੇ ਦੁਆਲੇ ਜਿਹੜੀ ਕੱਚੀ ਜਗ੍ਹਾ ਜਾਂ ਪੱਕੀ ਜਗ੍ਹਾ 'ਚ ਪਾਣੀ ਖੜ੍ਹਾ ਹੁੰਦਾ, ਉਸ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਏ। ਉਹਦੇ 'ਤੇ ਜਿੱਥੇ ਖੜ੍ਹਾ ਹੈ ਉੱਥੇ ਪਾਣੀ, ਜਿੱਥੇ ਖੜ੍ਹਾ ਹੈ ਉੱਥੇ ਕਾਲਾ ਤੇਲ ਛਿੜਕਿਆ ਜਾਏ ਤਾਂ ਜੋ ਲਾਰਵਾ ਨਾ ਪੈਦਾ ਹੋ ਸਕੇ।